ਖਾ ਪਹਿਲੇ ਜੇ ਆਪਾਂ ਮੈਮਾ ਕੇ ਪਪਾ ਆਏ ਤਾਂ ਸਿਰਫ ਨਾ 10-15 ਦਿਨ ਸਿਲੰਡਰ ਨੇ ਨਿਕਾਲੇ, ਫਿਰ ਖਤਮ ਹੋ ਗਿਆ ਹੈ। ਲੇਕਿਨ ਉਸ ਦਿਨ 3650 ਕਰ ਖਾਇਆ ਤਾਂ ਗੈਸ ਵੀ ਉਹਨਾਂ ਨਹੀਂ ਭਰੀ। ਅੱਜ ਫਿਰ ਨਿਆਰਾ ਪਾਇਆ ਹੈ ਕਿਉਂਕਿ ਸਿਲੰਡਰ ਕੇ ਇਲਾਵਾ ਬਾਲਣ ਵਗੈਰਾ ਹਮਾਰੇ ਪਾਸ ਹੈ ਨਹੀਂ। ਤੋ ਜਿਹੀ ਸਾਰੇ ਕੰਮ ਕਰਨੇ ਹੋਤੇ ਅੱਲਾਹ ਪਾਕ ਜੀ ਐਸੇ ਇਨਸਾਨੋਂ ਕੋ ਹਦਾਇਤ ਦੇ, ਨੁਕਸਾਨ ਪੇ ਨੁਕਸਾਨ ਇਤਨਾ ਜ਼ਿਆਦਾ ਕਿ ਇਨਸਾਨ ਬਰਦਾਸ਼ਤ ਵੀ ਨਹੀਂ ਕਰ ਸਕਦਾ। ਇੱਕ ਤੋਂ ਬਿਮਾਰੀ ਖਾ ਗਈ ਹੈ, ਮੈਡੀਸਨ ਖਰੀਦ ਖਰੀਦ ਕੇ ਮੈਡੀਸਨ ਇਤਨੀ ਮਹਿੰਗੀ ਹੈ, ਤਾਂ ਦੂਸਰਾ ਜੇ ਬੇਈਮਾਨ ਨਹੀਂ ਕਰਨੇ ਵਾਲੇ ਨਾ ਜੇ ਖਾ ਗਏ। ਹਮਾਰਾ ਤੋਂ ਇਤਨਾ ਜ਼ਿਆਦਾ ਨੁਕਸਾਨ ਹੋ ਗਿਆ ਨਾ 11 ਦਿਨ ਕੇ ਬਾਅਦ ਫਿਰ ਸਿਲੰਡਰ ਕੇ, ਉਹ ਫਿਰ ਤਨਖਾਹ ਤੋਂ ਆਉਣੀ ਹੋਤੀ ਹੈ ਇੱਕ ਮਾਹ ਕੇ ਬਾਅਦ। ਜੋ ਵੀ ਇਨਸਾਨ ਕਰੇ ਕਾਮ ਤੋ ਤਨਖਾਹ ਤੋਂ ਮਿਲਤੀ ਹੈ ਇੱਕ ਮਾਹ ਕੇ ਬਾਅਦ, ਯਕਮ ਔਰ ਯਕਮ ਕੋ ਜਾਂ ਦੋ ਕੋ ਮਿਲ ਗਈ, 5 ਤੱਕ ਮਿਲਤੀ ਹੈ ਤਨਖਾਹ ਤੋਂ। ਲੇਕਿਨ ਇਸ ਤਰ੍ਹਾਂ ਕੇ ਜੋ ਕਾਮ ਹੋਤੇ ਨਾ, ਜੇ ਇਤਨੇ ਇਨਸਾਨ ਮਜਬੂਰ ਹੋ ਜਾਏ ਤਾਂ ਜੋ ਕਰਨੇ ਵੀ ਪੜਤੇ ਹੈ ਲਾਜ਼ਮੀ। ਅੱਲਾ ਜੀ ਸਭੀ ਕੋ ਹਦਾਇਤ ਦੇ ਜੀ, ਹਮਾਰਾ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਅਬ ਜੇ ਨਹੀਂ ਪਤਾ ਕਿ ਕਿਸ ਤਰ੍ਹਾਂ ਪੂਰਾ ਹੋਊਗਾ। ਰਹੀਮ ਸਾਹਿਬ ਬਹਿਣ ਭਾਈਓ ਕੋ ਅਸਲਾਮ ਅਲੈਕੁਮ, ਉਮੀਦ ਕਰਦੀ ਹਾਂ ਸਭ ਖੈਰ ਖਰੀਏ ਸੇ ਹੋ ਗਿਆ। ਅਲਹਮਦੁਲਿਲਾ ਅਲਹਮਦੁਲਿਲਾ ਜੀ, ਹਮ ਵੀ ਖੈਰ ਖਰੀਏ ਸੇ। ਅੱਲਾ ਪਾਕ ਸਭ ਕੋ ਹਮੇਸ਼ਾ ਖੁਸ਼ ਰੱਖੇ, ਸ਼ਾਦੋ ਆਬਾਦ ਰੱਖੇ ਔਰ ਠੇਰੋ ਖੁਸ਼ੀਆਂ ਦੇ। ਜੋ ਪਰੇਸ਼ਾਨ ਅੱਲਾ ਪਾਕ ਸਭ ਕੀ ਪਰੇਸ਼ਾਨੀ ਦੂਰ ਕਰੇ, ਜੋ ਬਿਮਾਰ ਹੈ ਅੱਲਾ ਪਾਕ ਸਭ ਕੋ ਸ਼ਫਾ ਦੇ, ਉਸ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਦੇ ਦੇ। ਇਸੀ ਕੇ ਸਾਥ ਕਰਤੀ ਹੂੰ ਜੀ ਅੱਜ ਕੀ ਵੀਡੀਓ ਸ਼ੁਰੂ। ਵੀਡੀਓ ਸ਼ੁਰੂ ਕਰਨੇ ਸੇ ਪਹਿਲੇ ਸਭ ਭੈਣ ਭਾਈਆਂ ਸੇ ਹਮੇਸ਼ਾ ਕੀ ਤਰ੍ਹਾਂ ਮੇਰੀ ਰਿਕੁਐਸਟ ਹੈ ਕਿ ਮੇਰੀ ਵੀਡੀਓ ਕੋ ਲਾਈਕ ਕਰਨਾ, ਸ਼ੇਅਰ ਕਰਨਾ ਔਰ ਮੇਰੇ ਚੈਨਲ ਕੋ ਸਬਸਕ੍ਰਾਈਬ ਕਰਨਾ। ਤਾਂ ਚਲਦੇ ਹਾਂ ਜੀ ਨੈਕਸਟ ਵੀਡੀਓ ਕੀ ਤਰਫ, ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਅੱਜ ਸੁਬਹਾ ਸੁਬਹਾ ਕਾ ਟਾਈਮ ਹੈ, ਤਲਾਵਤ ਕੀ ਹੈ, ਨਮਾਜ਼ ਪੜ੍ਹੀ, ਸਾਰਾ ਕੁਛ ਕਰਨੇ ਕੇ ਬਾਅਦ ਬੱਚੋਂ ਕੋ ਭੇਜਾ ਇਸ ਬਾਰੇ ਵੀ, ਤੋ ਦਰਸ ਭੇਜਾ ਉਧਰ ਸੇ। ਤੋ ਉਤਨੀ ਦੇਰ ਮੈਂ ਪਿੱਛੇ ਸੇ ਕਾਮ ਕਰਤੀ ਹੂੰ, ਜੋ ਵੀ ਸੀਨ ਹੈ ਆਪਣੇ ਭੈਣ ਭਾਈਓ ਕੇ ਸਾਥ ਸ਼ੇਅਰ ਕਰਤੀ ਹੂੰ। ਇਹਦੇ ਸੇ ਮੂੰਹ ਮੇਰਾ ਸਾਰਾ ਨਾ ਖਰਾਬ ਹੋ ਗਿਆ, ਅਤੇ ਇਸ ਲਈ ਬੋਲਾ ਵੀ ਨਹੀਂ ਜਾ ਰਿਹਾ, ਦਾਣੇ ਸਾਰੇ ਨਿਕਲ ਆਏ ਹਾਂ। ਤੋ ਚਲਤੇ ਹਾਂ ਜੀ ਨੈਕਸਟ ਆਪਣੇ ਸੀਨ ਕੀ ਤਰਫ ਔਰ ਦੇਖਦੇ ਹਾਂ ਕਿ ਕਿਆ ਸ਼ੇਅਰ ਕਰਤੇ ਹੈ ਆਪਣੇ ਭੈਣ ਭਾਈਓ ਕੇ ਸਾਥ। ਜੋ ਵੀ ਸੀਨ ਜੋ ਆ ਜਾਏ ਮੰਡੇ, ਬੱਚੋਂ ਨੇ ਜਾਣਾ ਹੈ ਸਕੂਲ, ਤੋ ਚਾਹ ਬਣਾਉਣੀ ਲੱਗੀ ਸੀ, ਦੁੱਧ ਸ਼ੂਧ ਡਾਲ ਕੇ ਮੈਨੇ ਰੱਖਾ ਹੋਇਆ ਜੀ, ਥੋੜ੍ਹਾ ਸਾ ਗਰਮ ਹੋ ਜਾਏ, ਬਰਫ਼ ਵਗੈਰਾ ਪਿਘਲ ਜਾਣਾ, ਫਿਰ ਪੱਤੀ ਵਗੈਰਾ ਡਾਲੇ ਤੋ ਕਲਰ ਠੀਕ ਕਲਾਤਾ। ਤੋ ਆਟਾ ਵੀ ਮੇਰੇ ਪਾਸ ਹੈ ਗੁੰਦਾ ਹੋਇਆ, ਇਧਰ ਪੜਾ ਹੈ ਫ੍ਰਿਜ ਸੇ ਨਿਕਾਲਾ ਹੈ ਅਭੀ। ਤੋ ਬਾਕੀ ਜੀ ਬਾਹਰ ਚਲਦੇ ਹੈ, ਬਾਹਰ ਜੇ ਬਿਸਤਰ ਵਗੈਰਾ ਅਭੀ ਇਕੱਠੇ ਕਰਨੇ ਵਾਲੇ ਹੈ, ਜੇ ਕਰਤੀ ਹੂੰ ਪਹਿਲੇ। ਰਾਤ ਕੋ ਆਈ ਸੀ ਬਾਰਿਸ਼, ਤੇ ਇਸ ਲਈ ਛੱਤ ਪੇ ਨਹੀਂ ਆਏ ਸੀ ਨੀਚੇ ਸਾਰੇ, ਤੇ ਮੌਸਮ ਠੀਕ ਹੋ ਗਿਆ ਤਾਂ ਇਸ ਲਈ
ਜੇ ਬਿਸਤਰੇ ਚੁੱਕ ਕੇ ਅੰਦਰ ਆਉਂਦੀ ਆ ਹੁਣ ਤੇ ਬੱਦਲ ਕਾਫੀ ਫਿਰ ਆਇਆ ਆ, ਮੌਸਮ ਅੱਲਾ ਕਰੇ ਕਿ ਠੀਕ ਹੀ ਰਹੇ, ਤੇ ਹਵਸ ਬਹੁਤ ਜ਼ਿਆਦਾ ਹੋ ਜਾਣੀ ਹੈ ਕਿ ਥੋੜ੍ਹੀਆਂ ਜਿਹੀਆਂ ਕਣੀਆਂ ਹੋਈਆਂ ਸੀ ਅਤੇ ਇਸ ਵਾਸਤੇ ਹੁਣ ਸਾਰੀਆਂ ਚਾਰਪਾਈਆਂ ਅਤੇ ਬਿਸਤਰੇ ਅੰਦਰ ਰੱਖ ਕੇ ਆਉਂਦੀ ਹਾਂ। ਅੱਛਾ ਜੀ, ਮੰਜੀਆਂ ਮੰਜੀਆਂ ਡਾਹਤੀਆਂ, ਅੰਦਰ ਕਰ ਲਈਆਂ, ਬਿਸਤਰੇ ਬੁਸਤਰੇ ਵੀ ਰੱਖ ਲਏ ਅਤੇ ਹੁਣ ਸਾਫ਼ ਸਫਾਈ ਕਰਨੀ ਹੈ। ਪਹਿਲੇ ਨਾਸ਼ਤਾ ਨੁਸ਼ਤਾ ਬਣਾ ਲਾਂ, ਸਾਫ਼ ਸਫਾਈ ਬਾਅਦ 'ਚ ਕਰਾਂਗੀ ਕਿਉਂਕਿ ਬੱਚਿਆਂ ਨੂੰ ਫਿਰ ਲੇਟ ਹੋ ਜਾਣੀ ਹੈ। ਇਸ ਵਾਸਤੇ ਚਾਹੇ ਮੇਰੀ ਬਣ ਗਈ, ਨਾਲ ਬਣਾਉਂਦੀ ਹਾਂ ਪਰਾਂਠੇ ਕਿਉਂਕਿ ਅੱਜ ਸਾਲਨ ਨਹੀਂ ਹੈ ਅਤੇ ਕਬੀਰ ਨੇ ਵੀ ਕਹਿਣਾ ਮਾਮਾ ਸਾਲਨ ਹੀ ਖਾਣਾ, ਹੁਣ ਪਰਾਂਠੇ ਬਣਾਉਂਦੀ ਹਾਂ ਅਤੇ ਫਿਰ ਦਿੰਦੀ ਹਾਂ ਨਾਲ। ਜੀ, ਬੱਚਿਆਂ ਲਈ ਰੋਟੀ ਬਣਾਉਣ ਲੱਗੀ ਨਾਸ਼ਤਾ ਅਤੇ ਜਾ ਚਲੇ ਗਈ ਹੈ ਅਤੇ ਹੁਣ ਅੱਜ ਸਾਲਨ ਕੋਈ ਨਹੀਂ, ਤੁਸੀਂ ਬੱਚੇ ਕਹਿ ਰਹੇ ਮਾਮਾ ਜੀ ਸਾਨੂੰ ਨਾ ਚੀਨੀ ਵਾਲੇ ਪਰਾਂਠੇ ਬਣਾ ਦਿਓ, ਰੋਟੀ ਬਣਾਉਣ ਲੱਗੀ ਹੂੰ। ਜਿਹੜੇ ਮੈਂ ਸਾਰੇ ਵਰਤ ਰੱਖ ਲਏ ਅਤੇ ਹੁਣ ਵਿੱਚ ਬਣਾਉਣ ਲੱਗੀ ਹੈ ਚੀਨੀ, ਇੱਧਰ ਸਾਰੇ ਪੇੜੇ ਕਰਕੇ ਰੱਖ ਲਏ ਜਿੰਨੀ ਮੈਨੂੰ ਜ਼ਰੂਰਤ ਸੀ। ਇੱਕੋ ਤਾਂ ਭਾਈ ਚੀਨੀ 'ਚ ਪਾਣੀ ਪਾਇਆ ਕੀ ਕੀਤਾ, ਜਿਹੜੀਆਂ ਮੋਟੀਆਂ ਡਲੀਆਂ ਬਣ ਗਈਆਂ ਚੀਨੀ ਦੀਆਂ ਨਿਕਲਦੀ ਵੀ ਨਹੀਂ, ਪਸੀਨਾ ਆਉਂਦਾ ਰਿਹਾ ਹੋ ਜਾਣਾ ਇਹਨਾਂ ਨੂੰ। ਆਹ ਪਸੀਨਾ ਆਉਂਦਾ ਉਹ 'ਤੇ, ਚੀਨੀ ਨੂੰ ਪਸੀਨਾ ਆਉਂਦਾ ਲੱਗਦਾ ਤਾਂ ਇੱਦਾਂ ਜਿੱਦਾਂ ਬਹੁਤਾ ਹੀ ਆ ਗਿਆ ਇਹਨੂੰ। ਚੀਨੀ ਇਸ ਤਰ੍ਹਾਂ ਵਿੱਚ ਮਿਕਸ ਕਰਦੀ ਹੈ ਅਤੇ ਮੱਖਣ ਜਿਹੜਾ ਮੱਖਣ ਫਰੈਸ਼ ਫਰੈਸ਼ ਕਾਫੀ ਦੇਰ ਦਾ ਮੈਂ ਇਸ ਤੋਂ ਕੱਢ ਕੇ ਰੱਖਿਆ ਕਿ ਨਾ ਸਾਰੀ ਗਰਮ ਹੋ ਰਿਹਾ, ਅੱਗ ਜਲਾ ਕੇ ਇਹਨੂੰ ਤਵਾ ਗਰਮ ਹੋ ਜਾਵੇ, ਮੈਂ ਕਿਹਾ ਹੱਥ ਸੜ ਜਾਏਗਾਗੇ। ਹੁਣ ਜੇ ਇੱਕ ਪੇੜੇ 'ਚ ਮੈਂ ਚੀਨੀ ਲਾ ਲਈ ਦੁੱਖਿਆ ਉੱਤੇ ਇਸ ਤਰ੍ਹਾਂ ਹੁੰਦੀ ਹੈ, ਇੱਕ ਦਿਨ ਇੱਕ ਸਿਸਟਰ ਕਹਿ ਰਹੀ ਸੀ ਕਿ ਸਿਸਟਰ ਜੀ ਤੁਸੀਂ ਮੈਨੂੰ ਦੁਬਾਰਾ ਚੀਨੀ ਵਾਲਾ ਪਰਾਂਠਾ ਨਹੀਂ ਬਣਾ ਕੇ ਦਿਖਾਇਆ, ਮੇਰੇ ਲਈ ਚੀਨੀ ਵਾਲਾ ਪਰਾਂਠਾ ਬਣਾਇਆ ਅਤੇ ਮੈਨੂੰ ਨਾ ਸਹੀ ਬਣਾਉਣਾ ਆ ਜੇ। ਮੇਰੀ ਸਿਸਟਰ ਜੀ ਇਸ ਤਰ੍ਹਾਂ ਹੀ ਮੈਂ ਬਣਾ ਲੈਂਦੀ ਹਾਂ, ਇੰਨਾ ਸਵਾਦ ਦਾ ਤਾਂ ਮੈਨੂੰ ਵੀ ਕੋਈ ਨਹੀਂ ਬਣਾਉਣਾ ਹੁੰਦਾ, ਬਸ ਮੈਂ ਇਸ ਤਰ੍ਹਾਂ ਕਰ ਕੁਰ ਕੇ ਨਾ ਗਰਮ ਗਰਮ ਚਲਾ ਲੈਂਦੀ ਹਾਂ। ਬੱਚਿਆਂ ਨੇ ਹੁਣ ਫਿਰ ਰੋਣਾ ਹੈ ਸਲ ਮਾਮਾ ਸਾਲਣ ਹੀ ਹੈ ਕਿਉਂਕਿ ਕਬੀਰ ਬੇਟਾ ਜਿਹੜਾ ਨਾ ਦੂਸਰੇ ਤਾਂ ਫਿਰ ਵੀ ਮੰਨ ਜਾਂਦੇ, ਕਬੀਰ ਕਹਿੰਦਾ ਲਾਜ਼ਮੀ ਸਾਲਣ ਹੋਵੇ ਅਤੇ ਚੀਨੀ ਵਾਲੀ ਰੋਟੀ ਦੇਖ ਕੇ ਖੁਸ਼ ਹੋ ਜਾਏਗਾ, ਉਹ ਵੀ ਸਕੂਲੋਂ ਆਉਣ ਵਾਲੇ ਆ ਅਤੇ ਫਿਰ ਇਹਨਾਂ ਨੇ ਤੁਰ ਜਾਣਾ ਟਿਊਸ਼ਨ 'ਤੇ। ਬੇਟੇ ਨੂੰ ਪਹਿਲੀ ਰੋਟੀ ਸਵੇਰ ਨੂੰ ਦੇਣੀ, ਦੂਸਰੇ ਨੂੰ ਬਾਅਦ 'ਚ ਪੱਕਦੀਆਂ ਰਹਿਣਗੀਆਂ ਕਿਉਂਕਿ ਸਵੇਰ ਘਰ ਹੈ ਅਤੇ ਦੂਸਰੇ ਜਿਹੜੇ ਆ ਨਾ ਸਕੂਲ ਹੈ, ਮੇਰੀ ਅੱਗੀ ਐਂਡ 'ਤੇ ਬਣਨੀ, ਇੱਕ ਪਕਾ ਲਿਆ ਅਤੇ ਇਸ ਤਰ੍ਹਾਂ ਦੂਸਰੇ ਹੁਣ ਕਹਿੰਦੇ ਪੱਕਦੇ ਪੱਕਦੇ ਪੇੜੇ ਵੇਲ ਕੇ ਰੱਖ ਲੈਂਦੀਆਂ ਰੋਟੀ ਵਾਸਤੇ, ਦੂਸਰੀ ਰੋਟੀ ਵਾਸਤੇ ਚੀਨੀ ਬਹੁਤੀ ਨਹੀਂ ਪੈ ਗਈ ਕਿਉਂਕਿ ਚੀਨੀ ਤਾਂ ਖਤਮ ਹੋਣੇ ਵਾਲੀ ਹੈ, ਇੱਕੋ ਰੋਟੀ ਦੀ ਸਾਰੀ ਲੱਗ ਗਈ ਹੈ, ਜ਼ਿਆਦਾ ਲਾਣੇ ਦਾ ਫਾਇਦਾ ਕਿ ਨਾ ਤੀਰਾ ਜਿਹਾ ਸਾਰਾ ਫਿਰ ਛਾਬੀਆਂ ਲੱਗ ਜਾਂਦਾ ਨਾ, ਅੱਜ ਦੇਵਾਂਗੇ ਨਾ ਪਲੇਟ 'ਚ ਰੱਖ ਕੇ, ਨਹੀਂ ਮੇਰੀ ਪਲੇਟ ਉਹ ਪਈ ਹੈ ਚਿੱਟੀ, ਪਲੇਟ 'ਚ ਰੱਖ ਕੇ ਦਿੰਦੇ ਨਾ ਸਾਰੀਆਂ ਪਿੱਛੇ ਦੇਖੂੰਗਾ ਫਿਰ। ਗਰਮ ਹੱਥ ਇਹ ਜੀ, ਇੱਕ ਪਰਾਂਠਾ ਸਾਡਾ ਤਿਆਰ ਹੋ ਗਿਆ ਮਾਸ਼ਾਅੱਲਾ, ਹੁਣ ਅੱਗੇ ਰੱਖਦੇ ਹਾਂ ਦੇਸੀ ਘਿਓ
ਤੇ ਮਜ਼ਾ ਤੇ ਜ਼ਕਾ ਆਏਗਾ ਖਾਣ ਲੱਗਿਆ ਨੂੰ। ਤੇ ਅਸੀਂ ਮਾਸ਼ਾਅੱਲਾ ਜੀ ਮਾਸ਼ਾਅੱਲਾ ਅੱਲਾਹ ਤਾਲਾ ਨਜ਼ਰੇ ਬੱਦ ਤੋਂ ਬਚਾਏ, ਅੱਗਾ ਖਾਧਾ ਪੀਤਾ ਸਾਰਿਆਂ ਨੂੰ ਹਾਜ਼ਰ ਕਰਾਇਆ ਤੇ ਅੱਲਾਹ ਮੇਰੇ ਬੇਟੇ ਨੂੰ ਤਾਕਤ ਵੀ ਦੇ। ਪਰਾਠੇ ਬਣ ਗਏ ਸੀਗੇ, ਮੈਂ ਤੇ ਸਮੀਰ ਨੇ ਖਾ ਲਏ ਆ ਤੇ ਉਨੀ ਦੇਰ ਹਜੇ ਗਰਮ ਗਰਮ ਹੀ ਪਰਾਠੇ। ਮਹਿਮਾ ਕਪੀਰ ਨੂੰ ਵੀ 10 ਵਜੇ ਛੁੱਟੀ ਹੋ ਜਾਂਦੀ, ਇਹ ਵੀ ਘਰ ਆ ਗਏ, ਇਹ ਵੀ ਖਾ ਰਹੇ। ਮਜ਼ੇ ਦੇ ਪਰਾਠੇ ਲੱਗਦੇ, ਲੱਸੀ ਮੱਖਣ ਅਤੇ ਵੀ ਗਾਉਂ ਦੀਆਂ ਹਰ ਚੀਜ਼ਾਂ ਫਰੈਸ਼ ਫਰੈਸ਼ ਆਪਣੀਆਂ, ਤਾਜ਼ਾ ਤਾਜ਼ਾ ਖਾਲਸ ਖਾਲਸ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਖਾ ਲਓ ਸਹੀ ਕਰਕੇ, ਛੋਟੇ ਛੋਟੇ ਭੋਰੇ ਤੋੜ ਕੇ ਖਾਈ ਦੇ, ਸਾਰੇ ਚੀਨੀ ਲੱਗ ਪੀ ਗਿਆ, ਪਿਘਲੀ ਹੋਈ ਲੱਗ ਜਾਣੀ ਨਾਲ, ਸਹੀ ਕਰਕੇ ਖਾਓ। ਬਸ ਹੋ ਗਈ ਲਾਹਾ ਧੋਵੋ ਆਪਣੇ, ਸਹੀ ਕਰਕੇ, ਸਹੀ ਕਰਕੇ ਧੋਵੋ ਹੱਥ। ਰਮਨ ਰਹੀਮ ਜੀ ਮਹਿਮਾਨ ਚਲੇ ਗਏ, ਉਸਕੇ ਬਾਅਦ ਬਰਤਨ ਸ਼ਰਤਨ ਧੋ ਲਏ ਅਤੇ ਦੁਬਾਰਾ ਅਬ ਖੁਦ ਖਾਇਆ ਹੈ, ਸ਼ਾਮ ਕੇ ਆਇਆ ਖਾਣਾ। ਤੋ ਅਭੀ ਜੇ ਸਾਰੇ ਬਰਤਨ ਧੋਣੇ ਵਾਲੇ ਜੀ, ਦੋ ਤਿੰਨ ਸਾਧ ਮੈਂ ਚਾਹ ਪੜੀ ਹੈ ਜੀ, ਗਰਮ ਕਰਕੇ ਪੀਤੀ ਹਾਂ, ਕਿਉਂਕਿ ਸਰ ਮੇ ਕਾਫੀ ਜ਼ਿਆਦਾ ਦਰਦ ਹੋ ਰਹੀ ਹੈ, ਇਸ ਲਈ ਕਿਉਂਕਿ ਜੋ ਬਿਮਾਰੀ ਹੈ ਨਾ ਬਹੁਤ ਜ਼ਿਆਦਾ ਹੀ ਬੜ ਰਹੀ ਹੈ, ਇਸ ਵਜ੍ਹਾ ਸੇ ਕੋਈ ਇਨਸਾਨ ਕੋਈ ਕੰਮ ਨਹੀਂ ਕਰ ਸਕਦਾ। ਇੱਕ ਤਾਂ ਮੈਂ ਗਈ, ਇੱਕ ਮੇਰਾ ਇਤਨਾ ਜ਼ਿਆਦਾ ਨੁਕਸਾਨ ਹੋਇਆ ਨਾ ਕਿ ਜੇ ਪਿਛਲੀ ਦਫ਼ਾ ਸਿਲੰਡਰ ਮੈਨੇ ਰਖਵਾਇਆ ਥਾ ਤੋ ਉਹ ਚਲਾ ਥਾ ਜੀ, ਸਿਰਫ 11 ਦਿਨ ਵੀ ਸਿਲੰਡਰ ਨੇ ਨਹੀਂ ਨਿਕਾਲੇ। ਤੋ ਇਸ ਲਈ ਇਤਨੀ ਪਾਕਿਸਤਾਨ ਮੇ ਬੇਈਮਾਨੀ ਕੀ ਇੰਤਹਾ ਹੋ ਗਈ ਹੈ ਨਾ। ਤੋ ਅਭੀ ਨਿਆ ਸਿਲੰਡਰ ਅੱਜ ਫਿਰ ਰਖਾਇਆ, ਜੇ ਬਰਤਨ ਇਤਨੇ ਕਾਲੇ ਕਰਤਾ ਹੈ ਨਾ ਤੋ ਪਤਾ ਨਹੀਂ 2 ਨੰਬਰ ਗੈਸ ਹੈ ਕਿ 4 ਨੰਬਰ ਗੈਸ ਹੈ, ਕੋਈ ਸਮਝ ਨਹੀਂ ਕਰ ਨਹੀਂ ਪਤਾ। ਅੱਲਾ ਹੀ ਜੀ ਸਭੀ ਕੋ ਬਖਸ਼ੇ, ਤੋ ਅੱਲਾ ਹੀ ਹੈ ਸਭੀ ਕਾ, ਗਰੀਬੋਂ ਕਾ ਵੀ ਔਰ ਅਮੀਰੋਂ ਕਾ ਵੀ, ਔਰ ਬਿਮਾਰ ਹੈ ਜੋ ਬਿਮਾਰੀ ਪੇ ਖਰਚਾ ਹੋ ਜਾਤਾ ਹੈ, ਬਾਕੀ ਜੋ ਰਹਿ ਜਾਤਾ ਹੈ ਨਾ ਟੈਨਸ਼ਨੇ ਲੈ ਲੈ ਕਰ ਘਰ ਕਾ ਖਰਚਾ ਵੀ ਨਹੀਂ ਚਲਦਾ। ਤੋ ਬਿਮਾਰੀ ਸਿਰ ਜੋ ਰਹਿ ਜਾਤਾ ਨਾ ਵੋ ਘਰ ਕਾ ਖਰਚਾ ਵੀ ਨਹੀਂ ਚਲਦਾ, ਇਸ ਲਈ ਟੈਨਸ਼ਨ ਲੈ ਲੈ ਕਿ ਇਨਸਾਨ ਨਾ ਔਰ ਜ਼ਿਆਦਾ ਬਿਮਾਰ ਹੋ ਰਿਹਾ ਹੈ। ਕੋਈ ਪਤਾ ਨਹੀਂ ਚਲਦਾ ਕਿ ਇਨਸਾਨ ਕਿਆ ਕੰਮ ਕਰੇ ਜਿਸ ਤੇ ਇਨਸਾਨ ਕੀ ਜ਼ਿੰਦਗੀ ਮੈਂ ਕੋਈ ਸਕੂਨ ਆ ਜਾਵੇ, ਜਾਂ ਇਸ ਤਰ੍ਹਾਂ ਬੇਸਕੂਨੀ ਗੁਜ਼ਰੀ ਹੋਈ ਹੈ ਨਾ। ਇੱਕ ਤੋਂ ਹਰ ਚੀਜ਼ 2 ਨੰਬਰ ਹੈ, ਔਰ ਦੂਸਰੀ ਕੋਈ ਨਹੀਂ ਸਮਝ ਆਤੀ ਕਿ ਇਨਸਾਨ ਕਿਆ ਕਰੇ। ਮੈਂ ਤਾਂ ਯਹੀ ਕਰੂੰਗੀ, ਮੈਂ ਤਾਂ ਅੱਜ ਇਤਨੀ ਟੈਨਸ਼ਨ ਮੇਂ ਹੂੰ ਨਾ, ਹਰ ਚੀਜ਼ ਜੋ ਮਸਲਾ ਹੈ ਵਹੀ ਕੋਈ ਵੀ ਨਹੀਂ, ਜਾਂ ਕੋਈ ਕਾਰੀਗਰ ਕੋ ਬੁਲਾ ਲਓ ਤੋ ਵੋ ਵੀ 2 ਨੰਬਰ ਹੀ ਕੰਮ ਕਰਤਾ, ਉਸਕੇ ਪਾਸ ਵੀ ਸਾਰੀ ਚੀਜ਼ਾਂ 2 ਨੰਬਰ ਹੀ ਹੋਤੀ ਹੈ। ਅੱਲਾ ਜੀ ਸਭੀ ਕੋ ਬਖਸ਼ੇ, ਉਸਕੇ ਪਿੱਛੇ ਮੇਰੀ ਬਖਸ਼ਿਸ਼ ਵੀ ਕਰਾਈ ਅੱਲਾ ਤੋਂ, ਤੋ ਇਸਕੇ ਇਲਾਵਾ ਕੋਈ ਹੱਲ ਨਹੀਂ ਹੈ। ਤੋ ਵੀਡੀਓ ਕੈਂਡ ਮੈਂ ਇੱਧਰ ਹੀ ਕਰਤੀ ਹੂੰ, ਜੇ ਹਮਾਰੀ ਆਜ ਕੀ ਵੀਡੀਓ ਜਿਨ ਬਹਿਨ ਭਾਈਓਂ ਕੋ ਪਸੰਦ ਆਈ, ਜ਼ਿਆਦਾ ਸੇ ਜ਼ਿਆਦਾ ਸ਼ੇਅਰ ਔਰ ਲਾਈਕ ਕਰਨਾ, ਔਰ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ। ਇਸੀ ਕੇ ਸਾਥ ਹਮੇਂ ਦੀਜੀਏ ਇਜਾਜ਼ਤ, ਅੱਲਾ ਹਾਫਿਜ਼। ਤੋ ਅਭੀ ਜੀ ਦੁਆਓਂ ਮੇਂ ਲਾਜ਼ਮੀ ਯਾਦ ਰੱਖਣਾ ਔਰ ਦੁਆ ਕਰਨਾ ਕਿ ਅੱਲਾ ਪਾਕ ਸਭੀ ਕੋ ਹਦਾਇਤ ਦੇ, ਮੁਝੇ ਵੀ ਦੇ, ਅਭੀ ਜੇ ਸਾਰੇ ਬਰਤਨ ਸ਼ਰਤਨ ਹਰ ਚੀਜ਼ ਹੋ ਕੇ ਮੈਂ ਰੱਖ ਲਊਂ, ਉਸਕੇ ਬਾਅਦ ਜੋ ਵੀ ਕੰਮ ਹੈ ਵੋ ਕਰਤੀ ਹੂੰ।